ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 6 ਨਵੇਂ ਸਿਆਸੀ ਸਲਾਹਕਾਰ ਲਾਏ ਨੇ ਉਦੋਂ ਤੋਂ ਉਹ ਵਿਵਾਦਾਂ ਵਿੱਚ ਘਿਰੇ ਹੋਏ ਨੇ ਅਤੇ ਅੱਜ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਐਡਵਾਈਜ਼ਰਾਂ ਦੇ ਵਿੱਚੋਂ ਕੁਸ਼ਲਦੀਪ ਸਿੰਘ ਢਿੱਲੋਂ ਤੇ ਉਹਨਾਂ ਨੇ ਗੁੰਡਾ ਟੈਕਸ ਵਸੂਲਣ ਦੇ આરોਪ ਲਾਇਨੇ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਸਾਡੇ ਨਾਲ ਨੇ ਕਿਵੇਂ ਤੁਸੀਂ ਇਲਜ਼ਾਮ ਲਾ ਰਹੇ ਹੋ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਤੇ ਦੇਖੋ ਜੀ ਇਹ ਜਿਹੜੇ ਮੁਹਾਲੀ ਜਿਲ੍ਹਾ ਰੋਪੜ ਜਿਲ੍ਹਾ ਕੁਸ਼ਲਦੀਪ ਸਿੰਘ ਢਿੱਲੋਂ ਹੋਰਾਂ ਕੋਲੇ ਆ ਔਰ ਉਹ ਸਿਆਸੀ ਸਲਾਹ ਕਰਨੇ ਔਰ ਉਹ ਸਿਆਸੀ ਸਲਾਹ ਪਤਾ ਨਹੀਂ ਕਿਹੜੀ ਦਿੰਦੇ ਪਰ ਮੈਨੂੰ ਲੱਗਦਾ ਗੁੰਡਾ ਟੈਕਸ ਕਲੈਕਸ਼ਨ ਦੀ ਸਲਾਹ ਦੇ ਰਹੇ ਨੇ ਕਿਉਂਕਿ ਉੱਥੇ ਜਿਹੜੇ 100 ਦੇ ਕਰੀਬ ਕ੍ਰੈਸ਼ਰ ਆ ਔਰ ਕੱਟੋ-ਕੱਟ ਵੀ 3 ਕਰੋੜ ਰੁਪਈਆ ਰੋਜ਼ ਇੰਨਾ ਤੋਂ ਲੁੱਟਿਆ ਜਾ ਰਿਹਾ ਕ੍ਰੈਸ਼ਰ ਵਾਲਿਆਂ ਤੋਂ 3 ਕਰੋੜ ਰੁਪਈਆ ਰੋਜ਼ ਦਾ ਕੋਈ ਰਸੀਤਾ ਦਿੰਦੇ ਨਹੀਂ ਲੁੱਟ ਕੇ ਲੈ ਕੇ ਜਾਣੇ ਇਹਨਾਂ ਨੇ ਦੱਸਿਆ ਕੋਈ ਦੀਪਕ ਮੌਂਗਾ ਨਾਮ ਦਾ ਬੰਦਾ ਜਿਹੜਾ ਇਹ ਕਲੈਕਸ਼ਨ ਕਰਦਾ ਔਰ ਉਹ ਤੇ ਮੈਨੂੰ ਪਤਾ ਮੇਰੇ ਗਵਾਂਢੀ ਹਲਕੇ ਦੇ ਮੈਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕੁਸ਼ਲਦੀਪ ਸਿੰਘ ਢੱਲੋਂ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਪਹਿਲਾਂ ਉਹ ਤੇ ਇਲਜ਼ਾਮ ਲੱਗਦੇ ਸੀ ਪਿੰਡ ਡੋੜ ਦੇ ਵਿੱਚ ਇਸ ਤਰ੍ਹਾਂ ਦਾ ਇਹ ਮਾਈਨਿੰਗ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਲੇਕਿਨ ਉਹ ਤੇ ਹੁਣ ਉਹ ਬੜਾ ਵੱਡਾ ਮੂੰਹ ਪੈ ਗਿਆ ਮਤਲਬ ਲੋਕਾਂ ਦਾ ਚੁੱਲ੍ਹੇ ਬੰਦ ਕਰਾਉਣ ਤੱਕ ਦੀ ਗੱਲ ਇਹਨਾਂ ਨੇ ਇੰਡਸਟਰੀ ਲਾਈ ਆ ਤੁਸੀਂ ਇਨਵੈਸਟ ਇੰਡਸਟਰੀਅਲਿਸ ਨੂੰ ਇੱਥੇ ਇਨਵਾਈਟ ਕਰ ਰਹੇ ਹੋ ਵੀ ਇੱਥੇ ਆ ਕੇ ਇਨਵੈਸਟ ਕਰੋ ਕਈਆਂ ਨੂੰ ਤਾਲੇ ਲਵਾਤੇ ਇਹਨਾਂ ਨੇ ਤੇ ਜਿਹੜਾ ਬੰਦਾ ਆਵਾਜ਼ ਚੱਕਦਾ ਉੱਤੇ ਪਰਚੇ ਦਵਾ ਦਿੰਦੇ ਮਹਾਰਾਣੀ ਪ੍ਰਨੀਤ ਕੌਰ ਕੋਲ ਗਏ ਵੀ ਸਾਡੇ ਕੋਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਇਹ ਗੁੰਡਾ ਟੈਕਸ ਤਾਂ ਬੰਦ ਨਹੀਂ ਹੋਇਆ ਉਹ ਪਰਚੀ ਤਾਂ ਬੰਦ ਨਹੀਂ ਹੋਈ ਗੁੰਡਾ ਪਰਚੀ ਇਹਨਾਂ ਦੇ ਕ੍ਰੈਸ਼ਰ ਬੰਦ ਕਰਾਤੇ ਇਹਨਾਂ ਤੇ ਐਫ ਆਈ ਆਰ ਕਰਤੀ ਸੋ ਇੱਥੋਂ ਇਹ ਲੱਗਦਾ ਵੀ ਕੁਸ਼ਲ ਦੀਪ ਸਿੰਘ ਢਿੱਲੋਂ ਔਰ ਇਹ ਕੈਪਟਨ ਵਿੰਦਰ ਸਿੰਘ ਦਾ ਪਰਿਵਾਰ ਇਹ ਖੁਦ ਗੁੰਡਾ ਟੈਕਸ ਵਸੂਲਦੇ ਆ ਪੰਜਾਬ ਦੇ ਵਿੱਚੋਂ ਔਰ ਪੰਜਾਬ ਦੇ ਲੋਕਾਂ ਦਾ ਕਚੂਮਰ ਕੱਢ ਰਿਆ ਉਹ ਕੀ ਕਸੂਰ ਸੀ ਉਹ ਕਮਾਣ ਵਾਲੇ ਆੜਤੀਆ ਜਗਦੀਪ ਸਿੰਘ ਕਾਕਾ ਦਾ ਸਿਰਫ ਇਹੀ ਕਿ ਉਹ ਕਹਿੰਦਾ ਸੀ ਮੈਂ ਗੁੰਡਾ ਟੈਕਸ ਨਹੀਂ ਦੇਣਾ ਉਹ ਨਹਿਰ ਤੇ ਛਾਲ ਮਾਰ ਕੇ ਉਹਦੇ ਨਦੀ ਦੇ ਵਿੱਚ ਛਾਲ ਮਾਰੀ ਉਹਨੇ ਇਸ ਗੱਲੋਂ ਕਿਉਂਕਿ ਉੱਥੇ ਜਿਹੜੇ ਪੇਮੈਂਟ ਨਹੀਂ ਰਿਲੀਜ਼ ਕਰਦੇ ਸੀ ਉਹ ਕਹਿੰਦੇ ਸਾਨੂੰ ਗੁੰਡਾ ਟੈਕਸ ਦਿਓ ਤਾਂ ਕਿਸਾਨ ਤਾਂ ਮਰ ਰਿਹਾ ਤੁਸੀਂ ਆੜਤੀਆ ਮਰਨ ਆੜਤੀਆ ਵੀ ਮਰਨ ਲੱਗ ਪਏ ਆਤਮ ਹੱਤਿਆ ਕਰਨ ਲੱਗ ਪਏ ਤੁਸੀਂ ਕਤਲ ਕਰਦੇ ਹੋ ਉਹਨਾਂ ਦਾ ਤੇ ਹੁਣ ਤੁਸੀਂ ਇੰਡਸਟਰੀ ਲਿਸਟਰ ਨੂੰ ਵੀ ਮਤਲਬ ਇਹ ਆਤਮ ਹੱਤਿਆ ਕਰਨ ਤੇ ਮਜਬੂਰ ਕਰਨਾ ਤੁਸੀਂ ਤੁਸੀਂ 5000 ਜਿਹੜਾ ਇਹਨਾਂ ਕੋਲੇ ਮਜ਼ਦੂਰ ਕੰਮ ਕਰਦਾ ਸੀ ਰੋਟੀ ਮਿਲਦੀ ਸੀ ਟਰੱਕ ਆਪਰੇਟਰਾਂ ਨੂੰ ਰੋਟੀ ਮਿਲਦੀ ਸੀ ਜਿਹੜੇ ਪੱਕੀ ਸਾਰੀ ਵਾਲੇ ਮਿਸਤਰੀ ਉਹਨਾਂ ਨੂੰ ਰੋਟੀ ਮਿਲਦੀ ਸੀ ਮਜ਼ਦੂਰਾਂ ਨੂੰ ਰੋਟੀ ਮਿਲਦੀ ਸੀ ਤੁਸੀਂ ਉੱਥੇ ਢਾਕਾ ਮਾਰ ਰਹੇ ਹੋ ਤੁਹਾਨੂੰ ਪਰਮਾਤਮਾ ਨੇ ਰਾਜ ਭਾਗ ਬਖਸ਼ਿਆ ਹੈ ਤੁਹਾਨੂੰ ਸਭ ਕੁਝ ਬਖਸ਼ਿਆ ਤੁਸੀਂ ਹੱਲੇ ਨਹੀਂ ਭਰਦੇ ਕਮਾਲ ਦੀ ਗੱਲ ਹੈ ਸੋ ਅਸੀਂ ਤਾਂ ਇਸ ਚੀਜ਼ ਦਾ ਬਹੁਤ ਵਿਰੋਧ ਕਰਦੇ ਹਾਂ ਸਾਨੂੰ ਦੁੱਖ ਹੋਇਆ ਇਸ ਗੱਲ ਦਾ ਨੀ ਤੁਸੀਂ ਇਹਦਾ ਹਮ ਬਹੁਤ ਵੱਡਾ ਲਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤੁਸੀਂ ਕਿਹਾ ਕਿ ਉਹਨਾਂ ਦੇ ਘਰ ਜਾ ਰਿਹਾ ਜੇ ਉਹ ਨਹੀਂ ਮਨਾ ਕਰਦੇ ਡੱਕਦੇ ਜੋ ਵੀ ਟੈਕਸ ਵਸੂਲਿਆ ਜਾ ਰਿਹਾ ਤੁਸੀਂ ਸਿੱਧੇ ਤੌਰ ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਘਰ ਤੱਕ ਇਸ ਦੀਆਂ ਤਾਰਾਂ ਪਹੁੰਚਦੀਆਂ ਦੇਖੋ ਜੀ ਜੇ ਮੈਨੂੰ ਪਤਾ ਕੋਈ ਬੰਦਾ ਮੇਰੇ ਕੋਲ ਮੇਰੇ ਮੈਂ ਮੈਂ ਕਿਸੇ ਮੈਂ ਕਿਸੇ ਸੂਬੇ ਦਾ ਮੁੱਖ ਮੰਤਰੀ ਹਾਂ ਔਰ ਮੈਨੂੰ ਪਤਾ ਵੀ ਮੇਰੇ ਸਾਹਮਣੇ ਮੇਰੇ ਮੇਰੀ ਪੁਲਿਸ ਦੀ ਮਦਦ ਦੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਤੇ ਜੇ ਮੈਂ ਨਹੀਂ ਹਟਦਾ ਤਾਂ ਮਤਲਬ ਮੈਨੂੰ ਹਿੱਸਾ ਜਾਂਦਾ ਜਾਂ ਹੋ ਸਕਦਾ ਮੇਰੇ ਸਾਰੇ ਮੈਨੂੰ ਜਾਂਦਾ ਹੋਵੇ ਆ ਜਿਹੜੇ 4-5 ਐਮਐਲਏ ਬੋਲੇ ਮੈਨੂੰ ਲੱਗਦਾ ਇਹਨਾਂ ਦਾ ਕੰਮ ਬੰਦ ਕਰਾ ਕੇ ਉਹ ਕੈਪਟਨ ਰਵਿੰਦਰ ਸਿੰਘ ਨੇ ਆਪ ਲੈਣਾ ਸ਼ੁਰੂ ਕਰਤਾ ਤਾਂ ਹੀ ਬੋਲੇ ਉਹ ਜਿਹੜੇ ਪਟਿਆਲੇ ਵਾਲੇ ਬੋਲੇ ਛਤਰਾਣੇ ਵਾਲੇ ਐਮਐਲਏ ਸਾਹਿਬ ਬੋਲੇ ਜਾਂ ਹੋਰ ਬੋਲੇ ਇਹ ਸਾਰਾ ਮੈਨੂੰ ਤਾਂ ਲੱਗਦਾ ਵੀ ਇਹ ਸਾਰਾ ਮਾਈਨਿੰਗ ਦਾ ਗੁੰਡਾ ਟੈਕਸ ਦਾ ਖੇਡ ਹੈ ਉਹ ਹੁਣ ਸਿਰਫ ਕੈਪਟਨ ਰਵਿੰਦਰ ਸਿੰਘ ਦੀ ਦਾ ਪਰਿਵਾਰ ਕਰਨ ਲੱਗ ਪਿਆ ਇਸ ਕਰਕੇ ਉਹ ਇਹਨਾਂ ਦੇ ਖਿਲਾਫ ਬੋਲਣ ਲੱਗ ਪਿਐ ਆਉਣ ਵਾਲੇ ਦਿਨਾਂ 'ਚ ਕੋਈ ਇਸ ਸਬੂਤ ਨੇ ਕਿ ਰੇਤੇ ਦੀ ਟਰਾਲੀ ਕਿਨੇ ਦੀ ਹੁਣ 20 25 25000 35 35000 ਕਦੇ ਸੋਚਿਆ ਸੀ ਰੇਤਾ ਇਸ ਤਰ੍ਹਾਂ ਪੈਕਟਾਂ 'ਚ ਵੇਚਣ ਲੱਗ ਪਿਆ ਇਹ ਸਬੂਤ ਹੈ ਜਿਹੜੀ ਕਿ ਫ੍ਰੀ ਨਿਕਲਦੀ ਥੱਲੇ ਉਹ ਇੰਨੀ ਮਹਿੰਗੀ ਕਿਵੇਂ ਹੋਊਗੀ ਜੀ ਉਹ ਇਸ ਕਰਕੇ ਕਿਉਂਕਿ ਉਹਨੂੰ ਰਾਤ ਗੁੰਡਾ ਟੈਕਸ ਪੈਂਦਾ ਤੁਸੀਂ ਤੁਸੀਂ ਆਇਆ ਕਰੋ ਤੁਸੀਂ ਸਾਨੂੰ 1 ਮਹੀਨਾ ਸਰਕਾਰ ਦੇ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਜਿਵੇਂ ਦਿੱਲੀ 'ਚ ਸੌਕੇ ਕਰਤਾ ਨਾ ਉਵੇਂ ਇੱਥੇ ਸੌਕੇ ਕਰਾਂਗੇ ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ ਫਿਰ ਤੁਹਾਨੂੰ ਪਤਾ ਲੱਗੂ ਇਲਜ਼ਾਮ ਕੀ ਸੀ ਕਿ ਸੱਚੀ ਇਹ ਸਚਾਈ ਹੈ ਸਰਕਾਰ ਤਾਂ ਤੁਹਾਡੀ ਬਣਦੀ ਫਿਰਦੀ ਐ ਵੈਸੇ ਮਨ ਰੋਣਾ ਜਿਹੜਾ ਦਾ ਖੇਡਿਆ 40 ਐਮਐਲਏ ਨਾਰਾਜ਼ ਨੇ ਨਵਜੋਤ ਸਿੰਘ ਸਿੱਧੂ ਨੂੰ ਸੱਦ ਦਿੱਤਾ ਕਦੋਂ ਤੱਕ ਬਣਾਓਗੇ ਸਰਕਾਰ ਫਿਰਦਾ ਜਦੋਂ ਪੰਜਾਬ ਦੇ ਲੋਕ ਚਾਉਣਗੇ ਇਹ ਤਾਂ ਇਹਨਾਂ ਦੇ ਹੱਥ 'ਚ ਆਇਆ ਨਹੀਂ ਆ ਫਿਲਹਾਲ ਤਾਂ ਐਮਐਲਏ ਚਾਉਣਗੇ ਨਾ ਤੁਹਾਨੂੰ ਲੱਗ ਰਿਹਾ ਚੱਲ ਰਿਹਾ ਸੰਪਰਕ ਉਹਨਾਂ ਨਾਲ ਐਮਐਲਏ ਅਸੀਂ ਤਾਂ ਸਾਰਿਆਂ ਨੂੰ ਮਿਲਦੇ ਹਾਂ ਸਾਰੇ ਚੀਕਾਂ ਮਾਰਦੇ ਜੀ ਸਾਰੇ ਰੋਂਦੇ ਵਿਚਾਰੇ ਸਾਰੀਆਂ ਪਾਰਟੀਆਂ ਦੇ ਐਮਐਲਏ ਕਿਉਂਕਿ ਪਤਾ ਲੱਗਦਾ ਲੋਕ ਜਿਸ ਤਰ ਜਿਸ ਗੱਲ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਸਾਡੀ ਜਾਨ ਸੌਖੀ ਕਰਨਗੇ ਇਹਨਾਂ ਤਾਂ ਹੋਰ ਕੜੱਕੀ ਚ ਕਰਤੀ ਇਹਨਾਂ ਨੇ ਨਾ ਨੌਕਰੀ ਦਿੱਤੀ ਜਿਹਨਾਂ ਨੂੰ ਨੌਕਰੀਆਂ ਮਿਲੀਆਂ ਸੀ ਉਹਨਾਂ ਦੇ ਬੰਦ ਕਰਾਤੀਆਂ ਰੇਤਾ ਕਹਿੰਦੇ ਸਸਤਾ ਕਰਾਵਾਂਗੇ ਰੇਤਾ ਮਹਿੰਗਾ ਕਰਾਤਾ ਇੰਡਸਟਰੀ ਕਹਿੰਦੇ ਲਵਾਵਾਂਗੇ ਇੰਡਸਟਰੀਆਂ ਬੰਦ ਕਰਾਤੀਆਂ ਕ੍ਰਸ਼ਰ 100 ਕ੍ਰਸ਼ਰ ਸਿੱਧਾ ਹੀ ਬੰਦ ਕਰਾਤਾ ਮਤਲਬ ਇਹ ਸਾਰੀਆਂ ਇਹ ਗੱਲਾਂ ਤੋਂ ਜਦੋਂ ਐਮਐਲਏ ਨੂੰ ਵੀ ਮਹਿਸੂਸ ਹੁੰਦਾ ਉਹ ਨਾ ਵੀ ਯਾਰ ਲੋਕ ਆਖਰਕਾਰ ਕਸੂਰવાર ਕੌਣ ਜਿਹੜੇ ਸਰਕਾਰ 'ਚ ਬੈਠੇ ਐਮਐਲਏ ਉਹੀ ਆ ਨਾ ਜੀ ਉਹਨਾਂ ਨੇ ਮਹਿਸੂਸ ਹੁੰਦਾ ਉਹ ਵੀ ਜੇ ਦਿੱਲੀ ਦੇ ਐਮਐਲਏ ਨੂੰ ਲੋਕ ਕਹਿ ਰਹੇ ਵੀ ਆਹ ਨੇ ਬਹੁਤ ਵਧੀਆ ਕੰਮ ਕੀਤਾ ਪੜ੍ਹਾਈ ਸਸਤੀ ਕਰਤੀ ਇਲਾਜ ਮੁਫਤ ਕਰਤਾ ਕਦੇ ਹੋਇਆ ਤੁਸੀਂ ਬਣਾਈ ਦੀ ਸਹੂਲਤਾਂ ਵਧੀਆ ਮਿਲ ਰਹੀਆਂ ਤੇ ਦਿੱਲੀ ਐਮਐਲਏ ਨੂੰ ਇੱਜ਼ਤ ਮਿਲਦੀ ਹੈ ਤੇ ਪੰਜਾਬ ਦੇ ਐਮਐਲਏ ਨੂੰ ਮਿਲ ਸਕਦੀ ਜੇ ਚੰਗਾ ਕੰਮ ਕਰਨ ਚੰਗਾ ਕੰਮ ਤਾਂ ਹੋਊਗਾ ਦੇ ਮੁੱਖ ਮੰਤਰੀ ਕੈਪਟਨਵਿੰਦਰ ਸਿੰਘ ਇਮਾਨਦਾਰੀ ਨਾਲ ਕੰਮ ਕਰਨਗੇ ਕੈਪਟਨ ਮੰਦਰ ਸਿੰਘ ਨੇ ਜਿਹੜਾ ਇਨਵੈਸਟ ਇਨ ਦਾ ਬੈਸਟ ਉਹਨਾਂ ਨੇ ਜਿਹੜਾ ਨਾਰਾ ਦਿੱਤਾ ਇਨਵੈਸਟਮੈਂਟ ਕਹਿੰਦੇ ਲਿਆਵਾਂਗੇ ਪਿਛਲੇ ਚ ਕਹਿੰਦੇ ਸੀ 50 ਹਜ਼ਾਰ ਕਰੋੜ ਰੁਪਿਆ ਜਿਹੜਾ ਪੰਜਾਬ ਦੇ ਵਿੱਚ ਆਇਆ ਤੇ ਉਹਨਾਂ ਲੱਗਦਾ ਹੈ ਇਸ ਵਾਲਾ ਸਫਲ ਹੋਊਗਾ ਫਿਰ ਨੇ ਪੰਜਾਬ ਦੇ ਵਿੱਚੋਂ ਲੁੱਟ ਜਰੂਰ ਲੈਣਾ ਇਹਨਾਂ ਨੇ 50 ਹਜ਼ਾਰ ਕਰੋੜ ਆ 3000 ਰੁਪਿਆ ਇੱਕ ਟਰਾਲੀ ਮਗਰ 10000 ਰੁਪਿਆ ਇੱਕ ਟਰੱਕ ਮਗਰ ਜੋ ਲੁੱਟ ਲੈ 50 ਹਜ਼ਾਰ ਕਰੋੜ ਤਾਂ ਮਿਲ ਰਿਹਾ ਦੇਣਾ ਜੀ ਕਰ ਲੈਣਗੇ ਜਿਹੜਾ ਮਨਪ੍ਰੀਤ ਸਿੰਘ ਬਾਦਲ ਰੌਲਾ ਪਾ ਰਹੇ ਨੇ ਖਜ਼ਾਨਾ ਖਾਲੀ ਹੋ ਗਿਆ ਪੀਪਾ ਬਣ ਗਿਆ ਇਹਦਾ ਦਸਾਂ ਦੇਣਾ ਚ ਭਰ ਜਿਆ ਮਾਈਨਿੰਗ ਵਾਲਾ ਕੰਮ ਹੀ ਠੀਕ ਹੋ ਜੇ ਤਾਂ ਦਸਾਂ ਦੇਣਾ ਇਹ ਇਹਨਾਂ ਦੀ ਜੇਬਾਂ 'ਚ ਜਾ ਰਿਹਾ ਫਿਰ ਇਹ ਇਲੈਕਸ਼ਨ ਵੇਲੇ ਉਹ ਵੰਡਦੇ ਆ ਜਦੋਂ ਨਾ 5-5000 ਰੁਪਏ ਇੱਕ ਵੋਟ ਦਾ ਇੱਕ ਘਰ ਨੂੰ 5-5 ਲੱਖ ਰੁਪਏ ਉਹ ਉਹ ਸਾਰਾ ਇਹ ਇਥੋਂ ਪੰਜਾਬ ਦੇ ਲੋਕਾਂ ਦੇ ਲੁੱਟ ਕੇ ਇਹਨਾਂ ਨੂੰ ਦਿੰਦੇ ਪਰ ਹੁਣ ਲੋਕ ਸਮਝ ਗਏ ਹੁਣ ਇਹਨਾਂ ਨੂੰ ਸਬਕ ਸਿਖਾਉਣਗੇ ਉਹ ਇਸ ਤੋਂ ਹਟ ਕੇ ਥੋੜਾ ਜਿਹਾ ਸਵਾਲ ਹੈ ਭਗਵੰਤ ਮਾਨ ਤੇ ਇੱਕ ਵਾਰ ਫਿਰ ਤੋਂ ਅਰੋਪ ਲੱਗਿਆ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸ਼ਰਾਬ ਪੀ ਕੇ ਜਿਹੜਾ ਭਾਸ਼ਣ ਦਿੱਤਾ ਕੋਈ ਹੈ ਜਾਣਕਾਰੀ ਤੁਹਾਨੂੰ ਇਹਦੇ ਬਾਰੇ ਦੇਖੋ ਜੀ ਜੇ ਉਹਨਾਂ ਨੇ ਸ਼ਰਾਬ ਪੀਤੀ ਹੁੰਦੀ ਸਾਰੇ ਐਮਪੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਉਹਦੋਂ ਚੱਕ ਕੇ ਬਾਹਰ ਸੁੱਟ ਦੇਣਾ ਸੀ ਉਹਨਾਂ ਨੂੰ ਐਮਪੀ ਸੁੰਘ-ਸੁੰਘ ਕੇ ਜਾ ਰਹੇ ਨੇ ਨਾ ਵੀਡੀਓ ਵਾਇਰਲ ਹੋਈ ਅਜੀ ਸੁੰਘ ਕੇ ਗਿਆ ਇਹਦਾ ਮਤਲਬ ਜੇ ਉਹਨੇ ਪੀਤੀ ਨਹੀਂ ਸੀ ਨਾ ਜੇ ਪੀਤੀ ਹੁੰਦੀ ਤੇ ਫਿਰ ਹੋ ਗਿਆ ਸੀ ਕੰਮ ਹਾਂ ਸੋ ਇਹ ਤਾਂ ਇਲਜ਼ਾਮ ਲਾਉਣੇ ਜੋ ਮਰਜ਼ੀ ਲਈ ਜਾਓ ਭਗਵੰਤ ਮਾਨ ਤੇ ਕੋਈ ਵੀ ਇਲਜ਼ਾਮ ਨਹੀਂ ਬੀਜੇਪੀ ਦੇ ਅੱਧੇ ਤੋਂ ਵੱਧ ਜਿਹੜੇ ਐਮਪੀ ਨੇ ਤੇ ਉਹਨਾਂ 'ਤੇ ਬਹੁਤ سنگੀਨਤਾ ਰਾਵਾਂ ਇਹ ਏਡੀਆਰ ਨੇ ਰਿਪੋਰਟ ਦਿੱਤੀ ਕੁਲਤਾਰ ਸਿੰਘ ਨਹੀਂ ਕਹਿ ਰਿਹਾ ਭਗਵੰਤ ਮਾਨ ਤੇ ਕਿਹੜਾ ਪਰਚਾ ਹੋਇਆ ਇਹ ਗੱਲਾਂ ਮਾਰਦੇ ਜਿਹੜਾ ਮੈਂ ਲੋਕਾਂ ਦੀ ਗੱਲਾਂ ਕਰਦੇ ਉਹਨੂੰ ਹੋਰ ਕੋਈ ਨਹੀਂ ਚ ਮਤਲਬ ਕਮਾਲ ਦੀ ਗੱਲ ਹੈ ਲੋਕ ਸਭ ਜਾਣਦੇ ਲੋਕ ਗਾਲਾਂ ਕੱਢਦੇ ਜਿਹੜੇ ਇਸ ਤਰ੍ਹਾਂ ਇਲਜ਼ਾਮ ਲਾਉਂਦੇ ਹੁੰਦੇ ਆਮ ਆਦਮੀ ਆਰਮੀ ਤੁਸੀਂ ਬਣਾਉਣ ਦਾ ਗੱਲ ਕੀਤੀ ਸੀ ਕਿ ਸਾਰੇ ਪੰਜਾਬ ਦੇ ਵਿੱਚ ਫਲਾਵਾਂਗੇ ਆਪਣੇ ਵਰਕਰਾਂ ਨੂੰ ਆਮ ਆਦਮੀ ਆਰਮੀ ਬਣਾਵਾਂਗੇ ਸਰਕਾਰ ਦੀਆਂ ਜਿਹੜੀਆਂ ਕਮੀਆਂ ਸਾਹਮਣੇ ਲਾਵਾਂਗੇ ਕੀ ਸਟੇਟਸ ਹੈ ਆਮ ਆਦਮੀ ਆਰਮੀ ਦਾ 24 ਹਲਕਿਆਂ ਦੇ ਵਿੱਚ ਮੀਟਿੰਗਾਂ ਹੋ ਗਈਆਂ ਬਾਕੀ ਸਾਰੇ ਐਮਐਲਏ ਸਾਹਿਬਾਨ ਦੀਆਂ ਡਿਊਟੀਆਂ ਲੱਗ ਰਹੀਆਂ ਅਸੀਂ ਕਰ ਰਹੇ ਹਾਂ ਬਿਲਕੁਲ ਕਰ ਰਹੇ ਹਾਂ ਆ ਮੇਰਾ ਖਿਆਲ 15-20 ਦਿਨ ਦੇ ਵਿੱਚ ਹੀ ਇਸ ਮਹੀਨੇ ਦੇ ਵਿੱਚ ਹੋ ਜਾਣਾ ਚਾਹੀਦਾ ਸਾਲ ਦੇ ਸਟਾਰਟਿੰਗ ਹੋ ਜਾਣਾ ਚਾਹੀਦਾ ਬਿਲਕੁਲ ਹੋ ਜਾਣਾ ਚਾਹੀਦਾ ਬਾਕੀ ਲੋ ਪਾ ਬੋਤਨ ਮਾਸਟਰ ਨਿਕਲ ਬਤਨ ਜੀ ਕੁਲਤਾਰ ਸਿੰਘ ਸਦਵਾ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਵੱਡੇ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਇਸ ਕਰਕੇ ਲੱਗ ਗਏ ਨੇ ਕਿ ਕਿ ਇਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਸੀ ਕਿ ਸਾਡੇ ਕੋਲੋਂ ਗੁੰਡਾ ਟੈਕਸ ਵਸੂਲਾ ਜਾ ਰਿਹਾ ਉਸ ਨੂੰ ਰੋਕਿਆ ਜਾਵੇ ਪਰ ਇਹਨਾਂ ਦੇ ਕ੍ਰੈਸ਼ਰ ਜਿਹੜੇ ਉਹ ਬੰਦ ਕਰ ਦਿੱਤੇ ਗਏ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਘਰ ਜਾਣ ਕਰਕੇ ਵੀ ਸਾਡਾ ਗੁੰਡਾ ਟੈਕਸ ਬੰਦ ਨਹੀਂ ਹੋਇਆ ਤੇ ਇਸ ਦਾ ਮਤਲਬ ਇਹ ਹੈ ਕਿ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਵਿੱਚ ਜ਼ਿੰਮੇਵਾਰ ਨੇ ਅਗਲਾ ਕਦਮ ਕੀ ਹੋਏਗਾ they not